ਤੇ ਮੈਂ ਦੱਸ ਰਹੀ ਸੀਗੀ ਕਿ ਮੇਰਾ ਇੱਦਾਂ ਕੋਈ ਡ੍ਰੀਮ ਨਹੀਂ ਹੈਗਾ ਗਾਣਾ, ਪਰ ਮੈਨੂੰ ਵਧੀਆ ਲੱਗਦਾ ਮੇਰੇ ਮੈਨੂੰ ਦੋ ਚਾਰ ਜਾਣੇ ਨੇ ਕਿਹਾ ਕਿ ਮੈਂ ਵਧੀਆ ਗਾਉਂਦੀ ਹਾਂ, ਅਤੇ ਮੇਰੇ ਗੋਡ ਗਿਫਟਡ ਆ, ਮੇਰੀ ਨਾਨੀ ਬਹੁਤ ਸੋਹਣਾ ਗਾਉਂਦੇ ਸੀ, ਮੇਰੇ ਮੰਮੀ ਵੀ ਸੋਹਣਾ ਗਾਉਂਦੇ ਆ, ਅਤੇ ਮੇਰਾ ਬਾਕੀ ਤੁਸੀਂ ਦੱਸੋਗੇ ਮੈਂ ਕਹਿ ਓ ਲਵ ਯੂ ਮੈਮ। ਹਾਏ ਹਾਏ, ਮੈਨੂੰ ਇੱਦਾਂ ਦੇ ਕਮੈਂਟ ਬੜੇ ਵਧੀਆ ਲੱਗਦੇ, ਬਿਲਕੁਲ ਪਿਓਰ ਟਿਪੀਕਲ ਪੰਜਾਬੀ ਕਮੈਂਟ ਹੁੰਦੇ ਨੇ ਜਿਹੜੇ ਹਾਏ ਮਾਰਤਾ, ਹਾਏ ਮਰ ਗਏ, ਫਿਰ ਬਿਲਕੁਲ ਪਿਓਰ ਪੰਜਾਬੀਅਤ ਵਾਲੀ ਫੀਲਿੰਗ ਆਉਂਦੀ ਆ। ਠੀਕ ਹੈ, ਬਾਕੀ ਵੀ ਵਧੀਆ ਲੱਗਦੇ ਆ, ਯੂ ਆਰ ਬਿਊਟੀਫੁਲ ਹੈ, ਮਤਲਬ ਇੰਗਲਿਸ਼ 'ਚ ਮਤਲਬ ਉਹ ਫੀਲ ਨਹੀਂ ਆਉਂਦਾ, ਬਚਪਨ ਤੋਂ ਪੰਜਾਬੀ ਸੁਣੀਆਂ, ਪੰਜਾਬੀ ਵਧੀਆ ਲੱਗਦੀ ਆ। ਆਈ ਡੋਂਟ ਥਿੰਕ ਸੋ ਕਿ ਪੰਜਾਬੀ ਨਾਲੋਂ ਵਧੀਆ ਕੋਈ ਲੈਂਗੁਏਜ ਹੋ ਸਕਦੀ ਆ, ਤਾਂ ਮੈਨੂੰ ਉੱਦਾਂ ਦੇ ਕਮੈਂਟ ਲਿਖਿਆ ਕਰੋ, ਮੈਨੂੰ ਜ਼ਿਆਦਾ ਵਧੀਆ ਲੱਗਦੇ ਆ। ਹਾਂਜੀ, ਬਲੈਕ ਮੋਲ, ਹਾਂਜੀ ਮੈਨੂੰ ਕਈ ਜਾਣਿਆਂ ਨੇ ਪੁੱਛੇ ਕਿ ਤੁਹਾਡੇ ਜਿਹੜਾ ਬਲੈਕ ਮੋਲ ਹੈ ਉਹ ਅਸਲੀ ਹੈ ਕਿ ਨਕਲੀ ਆ। ਮੇਰੇ ਬਿਲਕੁਲ ਅਸਲੀ ਆ ਬਲੈਕ ਮੋਲ, ਅਤੇ ਮੇਰੀ ਆਈਜ਼ ਵੀ ਅਸਲੀ ਹੈ ਜੀ। ਮੈਨੂੰ ਐਂ ਨਾ ਕਿਹਾ ਕਰੋ ਕਿ ਮੈਂ ਲੈਂਸ ਪਾਉਣੀ ਆ, ਮੈਨੂੰ ਬਹੁਤ ਹਰਟ ਹੁੰਦਾ ਹੈ, ਮੇਰੇ ਓਰਿਜਿਨਲ ਆਈਜ਼ ਨੇ। ਓਏ ਹੋਏ ਸੋਹਣੀਏ ਕਿੱਦਾਂ, ਹਾਂ ਬਣੀ ਗੱਲ ਆ, ਸਹੀ ਹੈ ਨਾ ਜੀ, ਅਸੀਂ ਨਹੀਂ ਇੰਨੀ ਜਲਦੀ ਮਰਦੇ ਨਾ ਜੀ, ਤੁਹਾਡੀ ਉਮਰ ਬਹੁਤ ਲੰਬੀ ਹੋਵੇ, ਕੋਈ ਨਾ ਮਰੇ, ਸਾਰੇ ਵਧੀਆ ਇੰਜੋਏ ਕਰਨ। ਜੱਟ ਦਾ ਨਾਂ ਲੈ ਦਿਓ ਬੱਬੂ ਮਾਨ, ਓ ਗੋਡ, ਡਿਸਕ੍ਰਿਪਸ਼ਨ 'ਚ ਆਉਂਦੀ ਹੀ ਨਹੀਂ ਇਹ ਚੀਜ਼, ਹੀ ਨਹੀਂ ਆਉਂਦੀ, ਮੈਂ ਡਿਸਕ੍ਰਾਈਬ ਹੀ ਨਹੀਂ ਕਰ ਸਕਦੀ ਨਾ, ਮੈਂ ਬਾਰ ਬਾਰ ਕਹਿਣਾ ਮੈਮ, ਠੀਕ ਹੈ ਜੱਗ ਜ਼ਾਹਿਰ ਹੈ ਮੈਮ, ਤੁਹਾਡੀ ਐਕਟਿੰਗ, ਥੈਂਕ ਯੂ ਸੋ ਮੱਚ, ਬਹੁਤ ਥੈਂਕ ਯੂ ਮੈਮ, ਸਾਰੇ ਕਹਿੰਦੇ ਅੱਛਾ ਐਕਟ ਕੀਤਾ, ਦਿਖਾਉਣਾ ਐਕਟਿੰਗ ਤਾਂ ਦੇਖੋ, ਲੁਕਿੰਗ ਅੱਤ ਮੈਡਮ।